16 ਮਰਲੇ ਦੇ ਪਲਾਟ ਨੂੰ ਲੈ ਕੇ ਝਗੜਾ ਹੋਇਆ, ਜਿਸ 'ਚ ਗੋਲੀਆਂ ਚੱਲਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਕਾਲਕਾ ਦੇ ਵਿੱਚ ਇਹ ਸਾਰਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਦੋ ਧਿਰਾਂ ਦੇ ਵਿੱਚ ਝਗੜਾ ਹੋਇਆ। 16 ਮਰਲੇ ਦੇ ਪਲਾਟ ਨੂੰ ਲੈ ਕੇ ਸਾਰਾ ਝਗੜਾ ਸੀ, ਜਿਸ ਦੇ ਵਿੱਚ ਪਹਿਲਾਂ ਬਹਿਸ ਹੋਈ ਅਤੇ ਉਸ ਤੋਂ ਬਾਅਦ ਗੱਲ ਇੰਨੀ ਵੱਧ ਗਈ ਕਿ ਇੱਕ ਧਿਰ ਦੇ ਵੱਲੋਂ ਦੂਸਰੀ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਹੈ। ਜੰਡਿਆਲਾ ਗੁਰੂ ਦੇ ਅਧੀਨ ਆਉਂਦਾ ਪਿੰਡ ਕਾਲਗਾ, ਜਿੱਥੇ ਬੀਤੀ ਰਾਤ ਦੋ ਧਿਰਾਂ ਦੇ ਵਿੱਚ ਇਹ ਰੌਲਾ ਹੋਇਆ, ਜਿਸ ਦੇ ਵਿੱਚ ਝਗੜੇ 'ਚ 16 ਮਰਲੇ ਦਾ ਪਲਾਟ ਮੁੱਖ ਵਜ੍ਹਾ ਬਣਿਆ। ਲੜਾਈ ਦੀ ਗੋਲੀਆਂ ਚੱਲੀਆਂ, 4 ਤੋਂ 5 ਫਾਇਰ ਹੋਏ ਨੇ, ਜਿਸ ਨਾਲ 4 ਬੁਲੇਟ ਹਰਪ੍ਰੀਤ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਲੱਗੇ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐਸੇ ਦੇ ਵਿੱਚ ਪਰਿਵਾਰ ਦਾ ਕਹਿਣਾ ਕਿ ਪਿੰਡ ਦੇ ਸਰਪੰਚ ਦੀ ਮਿਲੀ ਭੁਗਤ ਦੇ ਨਾਲ ਇਹ ਕਤਲ ਕੀਤਾ ਗਿਆ ਹੈ। ਗੱਲ ਕੋਈ ਨਹੀਂ, ਸਾਨੂੰ ਪਤਾ ਕਾਲੇ ਨੇ ਗੋਲੀਆਂ ਮਾਰੀਆਂ ਵਾ, ਕਾਲੇ ਨੇ ਮਾਰਿਆ, ਭਜਨ ਨੇ ਸੱਦਿਆ ਪਹਿਲਾਂ ਫੋਨ ਕਰਕੇ, ਕਹਿੰਦਾ ਪਲਾਟ ਕੋਲੇ ਆ ਜਾ। ਮੈਂ ਕਿਹਾ ਨਾ ਜਾ ਗੱਲਾਂ, ਆਪਣੇ ਭਰਾਵਾਂ ਨੂੰ ਲੈ ਜਾ। ਕਹਿੰਦਾ ਮੈਂ ਗੱਲ ਸੁਣ ਕੇ ਆ ਜਾਣਾ, ਹੁਣੇ ਮੈਨੂੰ ਕੀ ਪਤਾ ਵਾਪਸ ਨਹੀਂ ਆਉਣਾ, ਘੇਰਾ ਪਾਇਆ ਵਾ। ਉਹ 4-5 ਜਾਣੇ ਗੱਡੀ 'ਚ ਇਕੱਲਾ ਹੀ, ਤਿੰਨ ਬੱਚੇ ਆ ਮੇਰੇ, 3 ਬੱਚੇ ਰੋਲਦੇ ਛੱਡ ਗਿਆ। ਮੈਂ ਕਿਹਾ ਭਜਨ ਦੇ ਪਿੱਛੇ ਨਾ ਲੱਗ ਵੀ, ਤੂੰ ਫੋਨ ਸੁਣ ਕੇ ਭੱਜ ਜਾਣਾ ਵਾ। ਹੁਣ ਤਾਂ ਕੀਤਾ ਭਜਨ ਨੇ, ਉਸੇ ਵੇਲੇ ਪਲਾਟ 'ਚ ਚਲ ਗਿਆ ਵਾ। ਰਣਜੀਤ ਸਿੰਘ ਗੱਲ ਹੋਈ ਹੈ ਜੀ, ਗੱਲ ਮੇਰਾ ਭਰਾ ਹੀ ਹੈ, ਮਤਲਬ ਫਰੈਂਡ ਸਰਕਲ ਦੇ ਵਿੱਚ ਹੈਗਾ, ਬੜਾ ਬੜਾ ਪਿਆਰ ਆ, ਹਰਪ੍ਰੀਤ ਸਿੰਘ। ਇੱਦਾਂ ਹੀ ਪਲਾਟ ਦਾ ਕੋਈ ਸਾਡਾ ਝਗੜਾ ਚੱਲਦਾ ਸੀ ਕਾਫੀ ਦੇਰ ਦਾ ਹੀ, ਉਹਦੇ ਵਿੱਚ ਰਾਜੀਨਾਮਾ ਇਹਨਾਂ ਕੀਤਾ 3-4 ਦਿਨ ਪਹਿਲਾਂ, ਅਤੇ ਬਾਅਦ 'ਚ ਇੱਦਾਂ ਬੁਲਾਇਆ ਵਾ ਧੋਖੇ ਨਾਲ, ਅਤੇ ਬੁਲਾ ਕੇ ਅਤੇ ਮਤਲਬ ਗੋਲੀਆਂ ਮਾਰ ਗਏ। ਭਗਤੂਪੁਰ ਦਾ ਮੁੰਡਾ ਕਾਲਾ, ਸੁਖਵਿੰਦਰ ਸਿੰਘ ਕਾਲਾ। ਪਲਾਟ ਦਾ ਕੋਈ ਭਾਈ ਝਗੜਾ ਸੀ, ਮਤਲਬ ਪੁਰਾਣੀ ਇਹਦਾ ਰਾਜੀਨਾਮਾ ਹੋ ਗਿਆ ਥੋੜ੍ਹੇ ਦਿਨ ਪਹਿਲਾਂ, ਇਹਨਾਂ ਨੇ ਬਹਿ ਕੇ ਰਾਜੀਨਾਮਾ ਕੀਤਾ। ਰਾਜੀਨਾਮਾ ਹੋਣ ਦੇ ਬਾਵਜੂਦ ਮਤਲਬ ਇੱਦਾਂ ਬੁਲਾਇਆ ਵਾ ਪਿਆਰ ਨਾਲ, ਬੁਲਾ ਕੇ ਇੱਦਾਂ ਗੋਲੀਆਂ ਮਾਰੀਆਂ। 5 ਤੋਂ 6 ਵਜੇ ਦੇ ਵਿੱਚ ਵਿੱਚ ਭਾਈ ਘਰ 'ਤੇ ਸਵਿਫਟ ਕਾਰ। 5 ਤੋਂ 6 ਜਣੇ ਭਾਜੀ ਹੈਗੇ, 5 ਜਾਂ 6 ਜਣੇ ਸੀ। ਸੀ ਸੀ ਟੀ ਵੀ ਫੋਟੋ ਨਹੀਂ ਹੈਗੀਆਂ ਕੋਈ ਸਾਡੇ ਕੋਲ, ਉਹ ਪੁਲਿਸ ਕਰ ਰਹੀ। ਇੱਕ ਗਰਦਨ 'ਤੇ ਆ, ਇੱਦਾਂ ਪਿੱਠ 'ਤੇ ਆ, ਮਤਲਬ ਇੱਦਾਂ ਢਿੱਡ 'ਤੇ ਆ ਕੁਛ, ਮਤਲਬ ਇੱਦਾਂ ਛਾਤੀ ਦੇ ਵਿੱਚ ਆ। ਹਾਂ, ਔਨ ਦੀ ਸਪੋਟ। ਰੋਹਨ ਤਾਂ ਬਾਈ ਜ਼ਿਆਦਾ ਫਾਇਰ ਕੀਤੇ, ਮਤਲਬ ਜਿਹੜੀਆਂ ਲੱਗੀਆਂ ਉਹ 5 ਗੋਲੀਆਂ ਲੱਗੀਆਂ। ਫੋਨ ਭਾਜੀ ਕਰਕੇ, ਮਤਲਬ ਪਹਿਲਾਂ ਤਾਂ ਇਕੱਠੇ ਖਾਂਦੇ ਪੀਂਦੇ ਰਹੇ ਆ, ਬਾਈ ਫੋਨ ਕਰਕੇ ਬੁਲਾਇਆ, ਮਤਲਬ ਵੀ ਆ, ਮਤਲਬ ਵੀ ਕੋਲਡ ਡਰਿੰਕ ਲੈ ਗਿਆ, ਕੋਲਡ ਡਰਿੰਕ ਪੀਣੀ ਆ ਅਤੇ ਤੇਰੇ ਬਾਹਰ ਆਏ ਹਾਂ, ਅਤੇ ਬੁਲਾ ਕੇ ਅਤੇ ਇੱਦਾਂ ਹੀ ਮਤਲਬ 2 ਮਿੰਟ ਗੱਲਬਾਤ ਕੀਤੀ, ਬਾਈ ਪੈਂਦੇ ਨੇ ਇਹਨਾਂ ਗੋਲੀਆਂ ਮਾਰਤੀਆਂ। ਹਾਂਜੀ ਹੋਈ ਭਾਜੀ, ਪਤਾ ਨਹੀਂ ਕਾਰਵਾਈ ਕਰ ਰਹੇ, ਇਨਵੈਸਟੀਗੇਸ਼ਨ ਜੋ ਵੀ ਕਹਿੰਦੇ ਕਰ ਰਹੇ ਹਾਂ ਆਪਾਂ। ਸਰ ਮੇਰਾ ਨਾਮ ਪਰਮਵੀਰ ਸਿੰਘ ਟੋਨੀ ਜੀ, ਮੈਂ ਰਾਮ ਤਲਾਈ ਰਹਿੰਦਾ ਜੀ। ਗੱਲ ਇਹਨਾਂ ਦਾ ਕੋਈ ਝਗੜਾ ਚੱਲਣ ਦਿਆ ਸੀ, ਹਰਜੀਤ ਭਾਈ ਜਿਹੜੇ, ਹਰਪ੍ਰੀਤ ਭਾਈ ਜਿਹੜੇ ਆ, ਉਹਨਾਂ 'ਚ ਕੋਈ ਪਲਾਟ ਦਾ ਝਗੜਾ ਚੱਲਣ ਦਿਆ ਸੀ ਕਿਸੇ ਨਾਲ, ਉਹ ਦਿੱਕਤ ਉਹਨਾਂ ਨੇ ਗੋਲੀਆਂ ਉਹਨਾਂ ਨੂੰ ਮਾਰਤੀਆਂ। ਕਿੰਨੇ ਬੰਦਿਆਂ ਨੇ ਗੋਲੀਆਂ ਚਲਾਈਆਂ? ਕਹਿੰਦੇ ਕਿ 3 ਜਣੇ ਹੈਗੇ, 3-4 ਜਣੇ ਤੋਂ ਪੁਰਾਣੀ ਦਿਨ ਚੱਲਣ ਦੀ। ਅੱਜ ਉਹਦਾ ਪਲਾਟ ਦਾ ਹੈਗਾ ਜੀ, ਉਹਦਾ ਹੀ ਭਾਈ ਹੈਗਾ, ਸਾਲ ਦੀ ਗੱਲ ਜੀ। ਕਿੰਨੀਆਂ ਵੱਜੀਆਂ ਜੋੜੀ? ਐਂ ਨਹੀਂ ਜੀ ਪਤਾ, ਹੁਣ ਪੋਸਟ ਮੈਡਮ ਤੋਂ ਪਤਾ ਲੱਗੇਗਾ ਕਿੰਨੀਆਂ ਕੁ ਵੱਜੀਆਂ ਜੀ। ਤੁਹਾਡਾ ਕੀ ਲੱਗਦਾ ਸਰ ਜੀ? ਦੋਸਤ ਲੱਗਦੇ ਜੀ। ਕੀ ਮੰਗ ਕਰਦੇ ਹੋ? ਮੰਗ ਇਨਸਾਫ ਦੀ ਕਰਦੇ ਸਰ। ਪੁਲਿਸ ਕੀ ਆਂਦੀ? ਹਾਂਜੀ, ਪੁਲਿਸ ਵੱਲੋਂ ਅਜੇ ਤੱਕ ਤਾਂ ਕੁਝ ਚੱਜ ਦਾ ਦਿਖਿਆ ਨਹੀਂ ਜੀ ਤੁਹਾਡੇ ਸਾਹਮਣੇ, ਜੀ ਤੁਹਾਡੇ ਨਾਲ ਵੀ ਗੱਲ ਕਰਨ ਦੇ, ਜੋ ਵੀ ਹੈਗਾ ਇਨਸਾਫ ਦੀ ਮੰਗ ਹੈਗੀ। ਇਹ ਕੱਲ੍ਹ ਨਾ ਪਿੰਡ ਸਾਪਾ ਰਾਮ ਸਿੰਘ ਦੇ ਲਾਗੇ ਪੈਂਦਾ ਲਾਲਕਾ ਨਗਰ, ਉੱਥੇ ਦੋਨਾਂ ਪਾਰਟੀਆਂ ਦਾ ਪਲਾਟ ਦਾ ਝਗੜਾ ਸੀਗਾ,
ਅਤੇ ਉਸ ਪਲਾਟ 'ਤੇ ਝਗੜੇ ਨੂੰ ਲੈ ਕੇ ਆਉਂਦਾ ਆਪਸ 'ਚ ਕੰਪਰੋਮਾਈਜ਼ ਹੋ ਗਿਆ। ਉਹ ਇੱਥੋਂ ਕੰਪਰੋਮਾਈਜ਼ ਦੇ ਵਿਆਹ 'ਤੇ ਮਾਨੇ ਬਾਅਦ 'ਚ ਮਾਨੀ ਉੱਥੇ ਮਾਮੂਲੀ ਤੂਤ ਮਹਿਮਾ ਹੋ ਗਿਆ, ਉਹਦੇ ਵਿੱਚ ਹੀ ਇੱਥੇ ਗੋਲੀ ਚੱਲੀ ਆ। ਗੋਲੀ ਚੱਲਣ 'ਤੇ ਇੱਕ ਬੰਦੇ ਦੀ ਮੌਤ ਹੋ ਗਈ ਆ। ਉਹਦਾ ਨਾਮ ਹਰਪ੍ਰੀਤ ਸਿੰਘ ਆ ਜੀ, ਹਰਪ੍ਰੀਤ ਸਿੰਘ ਲੈ ਲਓ, ਕਰੀਬ ਉਹਦੀ ਉਮਰ 35 ਸਾਲ ਆ ਜੀ। ਸਾਡੇ ਕੋਲ 7 ਬੰਦਿਆਂ ਗਏ ਐਫ ਆਈ ਆਰ ਦਰਜ ਕੀਤੀ ਗਈ ਆ, ਇਹਨੇ ਛਾਪੇਮਾਰੀ ਚੱਲ ਰਹੀ ਆ ਅਤੇ 2 ਬੰਦੇ ਇਹਦੇ ਗ੍ਰਿਫਤਾਰ ਕੀਤੇ ਗਏ। ਗੋਲੀ ਚੱਲੀ ਗਈ ਆ ਜੀ ਆਪਣੇ ਇੱਕ ਗੋਪੀ ਆ ਮੁੰਡਾ, ਇੱਕ ਸੋਨਾ ਡੇਲੇ ਵੱਲੋਂ, ਦੋਨਾਂ ਵੱਲੋਂ ਗੋਲੀ ਚਲਾਈ ਗਈ ਆ। ਉਹ ਐਸ ਟੋ ਸਾਹਿਬ ਦੀ ਪਾਰਟੀ ਗਈ ਸੀ ਰੇਡ ਕਰਨ ਵਾਸਤੇ ਦੋਸ਼ੀਆਂ 'ਤੇ, ਉਹ ਲੈ ਕੇ ਆਏ ਉਹਨੇ ਨਾਮ। ਇਹਨਾਂ ਦੇ ਕਾਫੀ ਕ੍ਰਿਮੀਨਲ ਰਿਕਾਰਡ, ਇਹਨਾਂ ਦੇ ਪਹਿਲੇ ਪੱਤੇ ਦਰਜ ਇਹਨਾਂ ਦੇ ਉੱਤੇ ਜੀ। ਜਿਹੜਾ ਸੁਖਵਿੰਦਰ ਸਿੰਘ ਕਾਲਾ ਜਿਹੜਾ ਹੈਗਾ ਵਾ, ਇਹਦੇ 'ਤੇ 9 ਪੱਤੇ ਦਰਜ ਆ ਪਹਿਲਾਂ ਤੋਂ। ਜੇ ਪਲਾਟ ਦਾ ਝਗੜਾ ਆਪਸ 'ਚ ਚੱਲਦਾ ਜੀ, ਰੰਜਸ 'ਤੇ ਪੁਰਾਣੀ ਕੋਈ ਨਹੀਂ, ਮਾਰੇ ਪਲਾਟ ਦੇ ਝਗੜੇ ਤੋਂ ਤੂਤ ਮਹਿਮ ਹੋ ਗਈ, ਉੱਤੋਂ ਇਹਨਾਂ ਦਾ ਆਪਸ 'ਚ ਗੋਲੀ ਚੱਲ ਗਈ ਆ। 4 ਫਾਇਰ ਪਤਾ ਲੱਗਾ ਮੌਕੇ 'ਤੇ, ਬਾਕੀ ਪੋਸਟਮਾਰਟਮ ਰਿਪੋਰਟ ਤੋਂ ਕਲੀਅਰ ਹੋ ਜਾਏਗਾ ਵੀ ਕਿੰਨੀਆਂ ਗੋਲੀਆਂ। ਗੋਲ ਬਰਾਮਦ ਹੋਏ ਆ ਜੀ। 17-302-4849-120 ਵੀ IPC 2554-69 ਆਈ ਪੀ ਸੀ ਦੇ ਤਹਿਤ FIR ਨੰਬਰ 151। ਭਾਈ ਹਰਪ੍ਰੀਤ ਸਿੰਘ ਨਾਮ। ਹਰਪ੍ਰੀਤ ਜੀ, ਉਸ ਵਕਤ ਤੁਸੀਂ ਮੌਕੇ 'ਤੇ ਸੀ ਜਿਸ ਵਕਤ ਇਹ ਗੋਲੀਆਂ ਚੱਲੀਆਂ? ਹਾਂਜੀ ਭਾਅ ਜੀ, ਮੈਂ ਲੱਗੀ ਗੋਲੀ। ਕੀ ਗੱਲ ਕੀ ਹੋਈ ਸੀ ਭਾਅ ਜੀ? ਰਾਈ ਨਾਲ ਹੋਇਆ ਇਹਨਾਂ ਦਾ 3-4 ਦਿਨ ਪਹਿਲਾਂ ਰਾਈ ਨਾ ਮੈਂ ਕੱਲ੍ਹ ਟਾਈਮ ਦਿੱਤਾ ਸੀ 5 ਵਜੇ ਦਾ ਪੈਸਿਆਂ ਦਾ, ਕਿ ਪੈਸੇ ਉਹਨਾਂ ਨੂੰ ਦਿੱਤੇ ਜਾਊਗੇ। ਪੈਸਿਆਂ ਦੇ ਲੈਣ ਬਹਾਨੇ ਨੇ ਸੱਦ ਲਿਆ ਉੱਥੇ ਬੰਬੀ ਦੇ, ਉੱਥੇ ਬਹਿ ਕੇ ਗੱਲਬਾਤ ਕੀਤੀ, ਕੋਲਡ ਡਰਿੰਕ ਪੀਤੀ, ਮੁੱਕੇ ਸਰਪੰਚ ਸਾਹਿਬ ਦੇ ਘਰ ਆਏ। ਸਰਪੰਚ ਕਹਿੰਦਾ ਚਲੋ ਆਪਾਂ ਪਲਾਟ ਜਾ ਕੇ ਕਰਦੇ ਹਾਂ ਪੈਸਿਆਂ ਸਾਥ। ਜਦੋਂ ਪਲਾਟ 'ਚ ਆਏ ਉੱਥੇ ਮਾੜਾ ਸਾਈਡ ਤੋਂ ਮੈਂ ਹੋਇਆ, ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ। ਉਹ ਕੋਸ਼ਿਸ਼ ਕੀਤੀ ਉਹਨੇ ਬਚਾਅ ਆਪਣਾ ਕਰਨ ਵਾਸਤੇ, ਪਰ ਗੋਲੀ ਵੱਜ ਗਈ ਪਿੱਠ 'ਚ, ਉਹ ਡਿੱਗ ਪਿਆ। ਫਿਰ ਉਹਦੇ ਕੋਲ ਜਾ ਕੇ ਛਾਤੀ 'ਚ ਗੋਲੀਆਂ ਮਾਰੀ ਅਤੇ ਕਿੱਥੇ ਮਾਰੀ ਦੇ, ਆਰ ਪਾਰ ਹੋ ਗੋਲੀ। ਕੌਣ ਲੋਕ ਸੀ ਜਿਹਨਾਂ ਨੇ ਗੋਲੀ? ਇੱਕ ਕਾਲਾ ਭਗਤਪੁਰਾ ਮੁੰਡਾ ਗੋਪੀ, ਇੱਕ ਲੀਲਾ ਸੋਨੂੰ ਡੀਲਾ ਮੁੰਡਾ ਹੈ, ਇਹ 3 ਜਾਣੇ ਸੀ। 3 ਨੇ ਮਤਲਬ ਕਾਲਾ ਵਿੱਚ ਬੈਠਾ ਗੱਡੀ 'ਚ, ਇਹਨਾਂ ਦੋਵਾਂ ਨੇ ਗੋਲੀਆਂ ਮਾਰੀਆਂ। ਪਲਾਟ ਕਿੰਨਾ ਦਾ ਸੀ? ਇਹ ਕਾਲੇ ਦਾ, ਭਗਤਪੁਰ ਵਾਲੇ ਦਾ। ਤੇ ਬੰਦੇ ਜਿਹੜੇ ਬਾਹਰੋਂ ਬੁਲਾਏ ਉਹ ਕਿੰਨੇ ਬੁਲਾਏ? ਇਹ ਕਾਲੇ ਨੇ ਬੁਲਾਇਆ ਸਾਰਾ, ਕਾਲੇ ਦਾ ਹੀ। ਸਰਪੰਚ ਦਾ ਕੀ ਰੋਲ ਹੈਗਾ? ਸਰਪੰਚ ਦੀ ਮਿਲੀ ਭੁਗਤ ਇਹਨੇ ਇਹ ਸਾਰਾ ਕੋਈ, ਕਿਉਂਕਿ ਕਮਿਸ਼ਨ ਲਈ ਸੀ ਪਲਾਟ 'ਚ, ਲੱਖ ਰੁਪਏ ਮੰਗਦਾ ਸੀ ਕਮਿਸ਼ਨ ਦੋਨਾਂ ਪਾਸਾਂ 'ਚ। ਅਤੇ ਇਹ ਕਹਿੰਦਾ ਮੈਂ ਰਾਜਾ ਕਰਾ ਨਾਡਾ, ਮੁੜ ਕੇ ਇਹਨਾਂ ਦੇ ਆਪਸ ਕੀ ਆ, ਕੀ ਕਹਾਣੀ ਬਣੀ ਅਤੇ ਇਹਨਾਂ ਨਾਲ ਘਟਨਾ ਜਾਣ ਚੇਤਾ। ਲੱਗਦਾ ਕਿ ਸਰਪੰਚ ਦੀ ਮਿਲੀ ਭੁਗਤ ਦੇ ਨਾਲ? ਹਾਂਜੀ ਹਾਂਜੀ ਹਾਂ ਭਾਅ ਜੀ, ਇਹਨਾਂ ਦਾ ਸਾਰਾ ਕੰਮ ਇਹਨਾਂ ਨੇ ਕੀਤਾ, ਸਰਪੰਚ ਨੇ ਕੀਤਾ, ਮੁੜ ਕੇ ਕੱਲ੍ਹ ਹੀ ਭੱਜ ਗਿਆ, ਕੱਲ੍ਹ ਛੱਡ ਗਿਆ। ਜੇ ਸੱਚਾ ਆਉਂਦਾ ਫਿਰ ਘਰ ਜਾਂਦਾ ਨਾ, ਕਿ ਬਈ ਮੈਂ ਗਲਤ ਨਹੀਂ, ਮੈਂ ਬੈਠਾ ਜੋ ਜੋ ਕਾਨੂੰਨੀ ਵਾਈ ਬੰਦ ਬਣਾਓ ਮੇਰੇ 'ਤੇ, ਉਹ ਭੱਜ ਗਈ ਅਫਸਰ ਟਾਈਮ ਦੇ ਬਾਜਵੇ। ਹੁਣ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਤੁਹਾਡੇ ਕੋਲ ਪਹੁੰਚਿਆ ਸੀ? ਹਾਂਜੀ ਹਾਂਜੀ, ਪੂਰਾ ਸਾਥ ਦੇਣ ਦੀ ਪੁਲਿਸ ਪ੍ਰਸ਼ਾਸਨ ਪੂਰਾ ਫੁੱਲ FIR ਦਰਜ ਕਰ ਦਿੱਤੀ। ਹਾਂਜੀ, ਹੋ ਗਈ ਹੋ ਗਈ। ਕਿੰਨੇ ਜਾਣਿਆਂ ਦੇ ਉੱਪਰ FIR ਦਰਜ? ਇਸ ਤੋਂ ਸਾਲ 6 ਜਾਣਿਆਂ ਦੇ ਹੋ ਗਏ। 7 ਜਾਣਿਆਂ ਨਹੀਂ, 6 ਦੇ ਆ। ਸੁਸ਼ਿੰਦਰ? ਹਾਂ, 7 ਜਾਣੇ ਸਰ। ਮੌਕੇ ਤੇ ਪੁਲਿਸ ਨੇ ਕਿਸੇ ਨਾ ਕਿਸੇ ਨੂੰ ਗ੍ਰਿਫਤਾਰ ਕੀਤਾ? ਸਰ 2 ਬੰਦੇ ਹੋਏ ਇਸ ਤੋਂ, 2 ਜਣਿਆਂ ਨੂੰ ਗ੍ਰਿਫਤਾਰ। ਹਾਂਜੀ ਹਾਂਜੀ। ਹੁਣ ਕੀ ਮੰਗ ਕਰਦੇ ਜੀ? ਸਰ ਇਨਸਾਫ ਹੀ ਮੰਗਦੇ ਆ,